ਕੈਪਟਨ ਸਾਹਿਬ ਦਾ ਬਰਤਨ ਮਾਫੀ ਆ ਅਤੇ ਉਹ ਮੇਰੇ ਘਰ ਦਾ ਮੇਹਰ ਹੈ ਔਰ ਇਹ ਠੀਕ ਆ ਕਿ ਜਦੋਂ ਟਿਕਟ ਕਿਸੇ ਦੀ ਕੱਟੀ ਜਾਂਦੀ ਹੈ ਉਹਨਾਂ ਨੂੰ ਥੋੜ੍ਹੀ ਤਕਲੀਫ ਹੁੰਦੀ ਹੈ ਮੈਨੂੰ ਵੀ ਹੋਈ ਮੇਰੇ ਪਰਿਵਾਰ ਨੂੰ ਵੀ ਹੋਈ ਮੇਰੇ ਸਾਥੀਆਂ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਸੀ ਅਤੇ ਇਸ ਕਰਕੇ ਇੱਕ ਰੋਸ ਸੀਗਾ ਸਾਰਿਆਂ ਦੇ ਮਨ ਦੇ ਵਿੱਚ ਕਿ ਕਾਂਗਰਸ ਪਾਰਟੀ ਨੇ ਸਾਡੇ ਨਾਲ ਬਹੁਤਾ ਠੀਕ ਨਹੀਂ ਕੀਤਾ ਬਟ ਅਸੀਂ ਪੁਰਾਣੇ ਕਾਂਗਰਸੀ ਮੇਰੇ ਫਾਦਰ ਨੇ ਕੁਰਬਾਨੀ ਦਿੱਤੀ ਹੈ ਕਾਂਗਰਸ ਨੇ ਔਰ ਪਾਰਟੀਸ਼ਨ ਤੋਂ ਵੀ ਪਹਿਲਾਂ ਦੀ ਸਾਡੀ ਪਾਰਟੀ ਜਿਹੜੀ ਹੈ ਸਾਡਾ ਪਰਿਵਾਰ ਆ ਜਿਹੜਾ ਕਾਂਗਰਸ ਪਾਰਟੀ ਨਾਲ ਜੁੜਿਆ ਹੈ ਇਸ ਕਰਕੇ ਜਿੰਨਾ ਕੁ ਸੀ ਉਹਨਾਂ ਪਾਰਟੀ ਨੂੰ ਦੱਸ ਦਿੱਤਾ ਹਾਈਕਮਾਂਡ ਨੂੰ ਵੀ ਦੱਸ ਦਿੱਤਾ ਕੈਪਟਨ ਸਾਹਿਬ ਨੂੰ ਵੀ ਦੱਸ ਦਿੱਤਾ ਔਰ ਉਹਨਾਂ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਪਾਰਟੀ ਦਾ ਕੰਮ ਕਰੋ ਅਸੀਂ ਪਾਰਟੀ ਦੇ ਕੰਮ ਕਰਨ ਲਈ ਤਿਆਰ ਹਾਂ ਇਕੱਲਾ ਜਲੰਧਰ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਤੇ ਅਸੀਂ ਜਾ ਕੇ ਆਪਣੇ ਸਾਥੀਆਂ ਨਾਲ ਉੱਥੇ ਕੰਮ ਕਰਨਾ ਜਲੰਧਰ ਦੇ ਵਿੱਚ ਵੀ ਕਰਨਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਮਿਸ਼ਨ 13 ਜਿਹੜਾ ਸਾਡੇ ਸੀਐਮ ਸਾਹਿਬ ਦਾ ਹੈਗਾ ਕੈਪਟਨ ਸਾਹਿਬ ਦਾ ਔਰ ਸਾਡੀ ਪਾਰਟੀ ਦਾ ਉਹਨੂੰ ਅਸੀਂ ਅਚੀਵ ਕਰ ਸਕੀਏ ਕੀ ਤੁਸੀਂ ਚੌਥੇ ਸਾਹਿਬ ਦੀ ਕੈਂਪੇਨ ਦੇ ਵਿੱਚ ਮੈਂ ਜਦੋਂ ਕਿਹਾ ਜੀ 13 ਸੀਟਾਂ ਔਰ ਖਾਸ ਤੌਰ 'ਤੇ ਜਲੰਧਰ ਦਾ ਵੀ ਜ਼ਿਕਰ ਕੀਤਾ ਵੀ ਜਲੰਧਰ ਹੀ ਕਰਨਾ ਔਰ ਆਦਮਪੁਰ ਤੋਂ ਮੈਂ ਲੜਿਆ ਉੱਥੇ ਬੈਠ ਕੇ ਵੀ ਕੰਮ ਕਰਾਂਗਾ ਅਤੇ ਬਾਕੀ ਜਿਹੜਾ ਜਿੱਥੇ ਜਿੱਥੇ ਵੀ ਪਾਰਟੀ ਮੁਨਾਸਬ ਸਮਝਦੀ ਹੈ ਉਹ ਵੀ ਕਰਾਂਗਾ ਸਾਰੇ ਜਲੰਧਰ 'ਚ ਕਿਉਂਕਿ ਜਲੰਧਰ ਪਾਰਲੀਮੈਂਟ ਦਾ ਮੈਂਬਰ ਵੀ ਰਿਹਾ ਹੈ ਜਲੰਧਰ ਤੋਂ ਹੁਸ਼ਿਆਰਪੁਰ ਮੈਂ ਇਲੈਕਸ਼ਨ ਲੜਿਆ ਉੱਥੇ ਮੇਰੀਆਂ ਸਰਵਿਸ ਜਿਹੜੀਆਂ ਹੋਣਗੀਆਂ ਉੱਥੇ ਵੀ ਮੈਂ ਜਾ ਕੇ ਕੰਮ ਕਰਾਂਗਾ ਦੇਖੋ ਪਾਰਟੀ ਨੇ ਬੜਾ ਕੁਛ ਦਿੱਤਾ ਪਾਰਟੀ ਜੋ ਦੇਗੀ ਤਾਂ ਵੀ ਠੀਕ ਆ ਮੇਰੀ ਤਾਂ ਇਹੀ ਆ ਕਿ ਅਸੀਂ ਪਾਰਟੀ ਲਈ ਹਮਦਰਦੀ ਰੱਖਦੇ ਹਾਂ ਔਰ ਪਾਰਟੀ ਲਈ ਕੰਮ ਕਰਦੇ ਗੱਲ ਇਹ ਹੈ ਡਾਕਟਰ ਸਾਹਿਬ ਦੇਖੋ ਮੇਰਾ ਜਲੰਧਰ ਦੇ ਜੰਮਪਲ ਹੈ ਔਰ ਜਲੰਧਰ ਤੋਂ ਹੀ ਮੈਂ ਰਾਜਨੀਤੀ ਆਪਣੀ ਮੇਰੇ ਫਾਦਰ ਨੇ ਵੀ ਜਲੰਧਰ ਤੋਂ MLA ਰਹੇ ਉਸ ਤੋਂ ਬਾਅਦ ਮੈਂ MLA ਰਿਹਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੀ ਪਾਰਟੀ ਨੇ ਪਿਛਲੀ ਵਾਰੀ ਮੈਨੂੰ ਇੱਥੋਂ ਭੇਜਿਆ ਸੀ ਹੁਸ਼ਿਆਰਪੁਰ ਕਿ ਉੱਥੇ ਦੀ ਸੀਟ ਜਿਹੜੀ ਉਸ ਵੇਲੇ ਬੜੀ ਟਾਈਟ ਸੀ ਅਤੇ ਮੈਨੂੰ ਇਹ ਮਿਲਿਆ ਸੀ ਪਾਰਟੀ ਦੇ ਕਹਿਣ ਦੇ ਉੱਤੇ ਅਤੇ ਮੇਰਾ ਕੁਦਰਤੀ ਜਲੰਧਰ ਨਾਲ ਲਗਾਵ ਆ ਔਰ ਜਲੰਧਰ ਤੋਂ ਹੀ ਮੈਂ ਕਲੇਮ ਕੀਤਾ ਮੈਂ ਉਹ ਕਿਤੋਂ ਕੀਤਾ ਦੇਖੋ ਮੈਂ ਪਾਰਟੀ ਲਈ ਕੰਮ ਕਰਨਾ ਕਿਤੇ ਵੀ ਕਰਨ ਨੂੰ ਤਿਆਰ ਹਾਂ ਬਟ ਮੈਂ ਸਮਝਦਾ ਕਿ ਜਲੰਧਰ ਹੁਸ਼ਿਆਰਪੁਰ ਦੁਆਬੇ ਦੇ ਵਿੱਚ ਮੈਂ ਜ਼ਿਆਦਾ ਫਰੂਟਫੁਲ ਯੂਜ਼ਫੁਲ ਹੋ ਸਕਦਾ ਬਾਹਰ ਜਿੱਥੇ ਜੇ ਹੁਣ ਦਿੱਲੀ ਮੇਰੀ ਡਿਊਟੀ ਲਾ ਦੇਣਗੇ ਤਾਂ ਮੈਂ ਦਿੱਲੀ ਕਿੰਨੀ ਕੰਮ ਕਰ ਸਕਦਾ ਕਿਉਂਕਿ ਮੇਰਾ ਜਿਹੜਾ ਮੇਰੇ ਵਰਕਰ ਆ ਮੇਰੇ ਸਾਥੀ ਆ ਮੇਰੀ ਕਮਿਊਨਿਟੀ ਆ ਮੇਰੇ ਲੋਕ ਆ ਉਹ ਸਾਰੇ ਦੁਆਬੇ ਦੇ ਵਿੱਚ ਵੱਸਦੇ ਔਰ ਮੈਂ ਬੜਾ ਖੁਸ਼ ਹੋ ਕੇ ਕੰਮ ਕਰਾਂਗਾ ਦੁਆਬੇ ਦੇ ਵਿੱਚ ਤਾਂ ਕਿ ਦੁਆਬੇ ਦੇ ਵਿੱਚ ਕਾਂਗਰਸ ਦੀ ਪਕੜ ਜਿਹੜੀ ਆ ਹੋਰ ਮਜ਼ਬੂਤ ਕੇਪੀ ਸਾਹਿਬ ਤੁਸੀਂ ਕਿਹਾ ਕਿ ਮੈਂ ਆਦਮਪੁਰ ਤੋਂ ਇਲੈਕਸ਼ਨ ਲੜਨਾ ਅਤੇ ਮੈਂ ਆਦਮਪੁਰ ਬੈਠ ਕੇ ਵੀ ਕੰਮ ਕਰਨਾ ਪਰ ਇੱਕ ਜਿੱਦਾਂ ਪਿੱਛੇ ਚੰਦਰ ਗਰੇਵਾਲ ਦਾ ਐਪੀਸੋਡ ਆਇਆ ਉਹ ਇੱਕ ਵਿੱਚ ਚਰਚਾ ਸੀ ਕਿ ਉਹ ਕਹਿੰਦੇ ਮੈਨੂੰ ਆਦਮਪੁਰ ਦਾ ਪ੍ਰਭਾਰੀ ਅਨਾਊਂਸ ਕੀਤਾ ਜਾਵੇ ਅਤੇ ਮੈਂ ਕਾਂਗਰਸ ਜੁਆਇਨ ਕਰਾਂਗਾ ਲਾਸਟ ਮੂਮੈਂਟ 'ਤੇ ਉਹਦੀ ਮੀਟਿੰਗ ਜਾਂ ਸੈਟਲਮੈਂਟ ਕੈਂਸਲ ਹੋ ਗਈ ਹੈ ਉਹਦੇ ਬਾਰੇ ਕੀ ਗੱਲ ਨਹੀਂ ਮੈਨੂੰ ਬੀਜੇਪੀ 'ਚ ਜਾਣਾ ਇਸ ਕਰਕੇ ਹਰ ਬੰਦਾ ਚਾਹੁੰਦਾ ਵੀ ਬੰਦਾ ਨਿਕਲੇ ਤਾਂ ਮੇਰੀ ਵਾਰੀ ਆਵੇ ਇਸ ਕਰਕੇ ਸਾਡਾ ਕੋਈ ਮਤਲਬ ਨਹੀਂ ਪਾਰਟੀ ਤੋਂ ਬਾਹਰ ਜਾਣ ਦਾ ਜਿਹੜਾ ਰੋਸ ਸੀ ਸਾਡੀ ਦੇਖੋ ਡੈਮੋਕ੍ਰੈਟਿਕ ਪਾਰਟੀ ਆ ਅਸੀਂ ਪਾਰਟੀ ਨੂੰ ਆਪਣਾ ਰੋਸ ਦੱਸ ਦਿੱਤਾ ਉਹਨਾਂ ਨੇ ਸਾਨੂੰ ਅਸ਼ੋਰਸ ਦਿੱਤੀ ਹੈ ਵੀ ਕੋਈ ਗੱਲ ਨਹੀਂ ਤੁਸੀਂ ਪਾਰਟੀ ਲਈ ਕੰਮ ਕਰੋ ਅੱਗੇ ਵੀ ਕੰਮ ਕੀਤਾ ਪਾਰਟੀ ਨੇ ਬੜਾ ਕੁਛ ਦਿੱਤਾ ਹੈਗਾ ਔਰ ਮੈਂ ਤਾਂ ਜਦੋਂ ਪ੍ਰਧਾਨ ਬਣਿਆ ਸੀ ਮੈਂ ਸਹੀ ਗੱਲ ਦੱਸਾਂ ਮੈਂ ਉਦੋਂ ਇੰਡੀਆ 'ਚ ਵੀ ਨਹੀਂ ਸੀਗਾ ਮੈਂ ਕੈਨੇਡਾ ਗਿਆ ਸੀਗਾ ਜਦੋਂ ਮੈਨੂੰ PCC ਦਾ ਪ੍ਰਧਾਨ ਬਣਾਇਆ ਅਤੇ ਮੈਨੂੰ ਪਾਰਟੀ ਨੇ ਉਦੋਂ PCC ਦਾ ਪ੍ਰਧਾਨ ਬਣਾਇਆ ਜਾਣ ਦੇ ਬਾਅਦ ਕੈਨੇਡਾ ਤੋਂ ਵਾਪਸ ਆਇਆ ਤੋ ਇਸ ਕਰਕੇ ਮੈਂ ਪਾਰਟੀ ਦਾ ਬੜਾ ਰਿਣੀ ਹੈ ਅਤੇ ਪਾਰਟੀ ਦਾ ਜਿਹੜਾ ਰਿਣ ਉਤਾਰ ਬੀਜੇਪੀ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਨੇ ਤੁਹਾਨੂੰ ਦੇਖੋ ਗੱਲ ਕਲੀਅਰ ਹੈ ਸਾਰੇ ਮੀਡੀਆ ਨੂੰ ਵੀ ਪਤਾ ਬਸਪਾ ਹੈ ਤਾਂ ਆਫਰ ਯੂ ਐਜ ਏ ਸਟੇਟ ਪ੍ਰੈਜ਼ੀਡੈਂਟ ਅਕਾਲੀ ਦਲ ਨੇ ਇਹ ਵੀ ਕਿਹਾ ਕਿ ਅਟਵਾਲ ਦੇ ਡਿਨਰ ਮੀਟਿੰਗ ਕਰਨ ਲੈਂਦੇ ਆ
ਬੀਜੇਪੀ ਵੱਲੋਂ ਕੀ ਆਫਰ ਸੀ ਵੀ ਜੇਤਲੀ ਸਾਹਿਬ ਕਹਿ ਰਹੇ ਸੀ ਬਾਅਦ ਵਿੱਚ ਤੁਹਾਡੇ ਨਾਲ ਚਰਚਾ ਇਸ ਟਾਈਮ ਟੂ ਦੇਖੋ ਚੰਗੇ ਚਿਹਰੇ ਜਿਹੜੇ ਆ ਉਹ ਹਰ ਪਾਰਟੀ 'ਚੋਂ ਅਤੇ ਮੈਨੂੰ ਥੋੜ੍ਹਾ ਜਿਹਾ ਦੁੱਖ ਵੀ ਹੋਇਆ ਵੀ ਪਾਰਟੀ ਚੰਗਾ ਜਿਹੜਾ ਮੇਰੇ ਵਰਗਾ ਇਹਨੂੰ ਥੋੜ੍ਹਾ ਜਿਹਾ ਪਿੱਛੇ ਰੱਖ ਰਹੀ ਹੈ ਲੇਕਿਨ ਦੂਸਰੀ ਪਾਰਟੀਆਂ ਦੇ ਮੈਨੂੰ ਬਿਲਕੁਲ ਆਫਰ ਆਈ ਔਰ ਮੈਂ ਬੜੇ ਉਹਨਾਂ ਦਾ ਮਾਣ ਔਰ ਸਤਿਕਾਰ ਕਰਦਾ ਲੇਕਿਨ ਪਹਿਲ ਮੇਰੀ ਕਾਂਗਰਸ ਦੀ ਰਹੀ ਹੈ ਕਾਂਗਰਸ 'ਚ ਰਹਿਣਾ ਕਾਂਗਰਸ ਦੇ ਵਿੱਚ ਸਾਡੇ ਫਾਦਰ ਨੇ ਤਿਰੰਗੇ ਝੰਡੇ 'ਚ ਕੁਰਬਾਨੀ ਦਿੱਤੀ ਹੈ ਅਤੇ ਅਸੀਂ ਵੀ ਪਾਰਟੀ ਲਈ ਔਰ ਕੁਰਬਾਨੀ ਜਿਹੜੀ ਆ ਕਾਂਗਰਸ ਪਾਰਟੀ ਲਈ ਦੇਣ ਨੂੰ ਤਿਆਰ ਨਹੀਂ ਦੇਖੋ ਬਾਰ ਬਾਰ ਮੈਨੂੰ ਮੈਂ ਕਾਂਗਰਸ ਹਾਈਕਮਾਂਡ ਦਾ ਇੰਟਰਸਟ ਸੀ ਮੈਂ ਕਿਉਂਕਿ ਵਰਕਿੰਗ ਕਮੇਟੀ ਦਾ ਮੈਂਬਰ ਹਾਂ ਮੇਰੇ ਵੀ ਉੱਥੇ ਬਹੁਤ ਸਾਰੇ ਮੇਰੇ ਦੋਸਤ ਹੈ ਹਮਦਰਦ ਹੈ ਮੇਰੇ ਸੀਨੀਅਰ ਹੈ ਔਰ ਉਹਨਾਂ ਨੇ ਮੈਨੂੰ ਬਾਰ ਬਾਰ ਕਿਹਾ ਵੀ ਨਹੀਂ ਪਾਰਟੀ ਦੇ ਵਿੱਚ ਰਹਿਣਾ ਜਾਬਤੇ 'ਚ ਰਹਿਣਾ ਔਰ ਮੈਂ ਇੱਕ ਡਿਸਿਪਲਿਨ ਪਾਰਟੀ ਦਾ ਸੋਚ ਰਿਹਾ ਹਮੇਸ਼ਾ ਹੀ ਪਾਰਟੀ ਦੇ ਜੋ ਵੀ ਪਾਰਟੀ ਦਾ ਸਾਡਾ ਡਿਸਿਪਲਿਨ ਰਿਹਾ ਕਦੇ ਪਾਰਟੀ ਦੇ ਡਿਸਿਪਲਿਨ ਤੋਂ ਮੈਂ ਬਾਹਰ ਨਹੀਂ ਕੀਤਾ